ਜੋ ਸਾਹਿਬ ਬਰਤਾਨੀਆ ਤੋਂ ਨਾ ਅਮਰਜੀਤ ਨੇ ਤੁਹਾਡੇ ਵਾਸਤੇ ਨਾ ਉੱਥੋਂ ਦੇ ਬਿਸਕੁਟ ਅਤੇ ਚਾਕਲੇਟਾਂ ਕੱਲੀਆਂ ਨੇ ਉੱਥੇ ਦੇ ਬਿਸਕੁਟ ਅਤੇ ਚਾਕਲੇਟਾਂ ਅਮਰਜੀਤ ਨੇ ਅਤੇ ਤੁਸੀਂ ਅੱਜ ਜਿਹੜਾ ਨਾ ਇਹ ਤੁਹਾਡੇ ਅੱਗੇ ਇੱਕ ਬੋਰਡ ਰੱਖ ਦਿੱਤਾ ਠੀਕ ਹੈ ਤੁਸੀਂ ਦੱਸਣਾ ਹੈਗਾ ਕਿ 10 'ਚੋਂ ਨੰਬਰ ਦੇਣੇ ਨੇ ਇਹਨੂੰ ਚਾਕਲੇਟਾਂ ਬਿਸਕੁਟਾਂ ਨੂੰ ਹਾਂ ਜਿਹੜੀ ਚੀਜ਼ ਅੱਛੀ ਲੱਗੇ ਆਪਣੇ ਹਿਸਾਬ ਦੇ ਨੰਬਰ ਲਿਖ ਦੇਣੇ ਕਿ ਇਹਨੂੰ ਇੰਨੇ ਨੰਬਰ ਨੇ ਠੀਕ ਹੋ ਗਿਆ ਜ਼ਰੂਰ ਹੈ ਬੜਾ ਅੱਛਾ ਪੇਪਰ ਹੋ ਰਿਹਾ ਸਾਡਾ ਤਾਂ ਅੱਜ ਫਿਰ ਅੱਛਾ ਬਿਸਕੁਟਾਂ ਨੂੰ ਨੰਬਰ ਦੇਣਾ ਕਿ ਸਰਦਾਰ ਹੋਰਾਂ ਨੂੰ ਨੰਬਰ ਦੇਣੇ ਠੀਕ ਹੈ ਜਨਾਬ ਜੀ ਆਓ ਬਿਸਮਿਲ੍ਲਾ ਟੈਸਟ ਕਰਦੇ ਹਾਂ ਜੋ ਹੋਊਗਾ ਟੈਸਟ ਫਿਰ ਦੇਵਾਂਗੇ ਨੰਬਰ ਸੈਵਨ ਵੀਲਸ ਜੀ ਵੈਗਨ ਵੀਲਸ ਨੂੰ ਖਾ ਕੇ ਦੇਖਦੇ ਹਾਂ ਕੀ ਵੀਲ ਘੁੰਮਾਉਂਦਾ ਸਾਡੇ ਵੈਗਨ ਵੀਲ ਬੜੇ ਪਿਆਰੇ ਨਾਂ ਨੇ ਯਾਰ ਓਏ ਹੋਏ ਬਿਸਕੁਟ ਵੀ ਕੋਈ ਡਬਲ ਹੀ ਲੱਗਦਾ ਹੈ ਬਾਸ਼ ਓਏ ਹੋਏ ਯਾਰ ਇੱਥੇ ਸ਼ਹਿਦ ਨਿਕਲਦਾ ਵੀ ਆਇਆ ਪਤਾ ਨਹੀਂ ਆਹ ਵੇਖੋ ਵੈਗਨ ਵੀਲਸ ਵੈਗਨ ਤਾਂ ਪਈ ਆ ਉੱਤੇ ਵੈਗਨ ਚਾਰ ਹੋਣ ਤਾਂ ਫਿਰ ਪੂਰੀ ਵੈਗਨ ਹੀ ਬਣ ਜਾਏਗੀ ਕਰਕੇ ਚੱਲੇ ਚਲੋ ਟੇਸਟ ਚੈੱਕ ਕਰ ਲੈਂਦੇ ਵਾਕਈ ਪਈ ਆ ਜੀ ਪੂਰਾ ਪਈ ਆ ਯਾਨੀ ਕਿ ਪੂਰਾ ਵੈਗਨ ਦਾ ਪਈ ਹੈ ਅੱਛਾ ਜੀ ਨੂੰ ਖਾ ਕੇ ਵੀ ਖਿੱਚਣਾ ਹੋਵੇ ਤਾਂ ਕੀ ਸੈੱਕ ਹੈ ਪਹੀਏ ਦਾ ਵਾਹ ਜੀ ਵਾਹ ਕਿਆ ਬਾਤ ਵਾਹ ਜੀ ਇਹ ਹੈਗਾ ਜੀ ਬਿਸਕੁਟ ਚਾਕਲੇਟ ਹੈ ਉੱਤੇ ਵੀ ਅਤੇ ਥੱਲੇ ਵੀ ਵਿੱਚ ਮੈਂ ਹਰ ਜੈਮ ਪਤਾ ਨਹੀਂ ਕੀ ਕੋਈ ਹੋਰ ਚੀਜ਼ ਲੱਗੀ ਅੱਛਾ ਜੀ ਖਾ ਕੇ ਚੈੱਕ ਕਰਦੇ ਹਾਂ ਵਾਹ ਇੱਕ ਜ਼ੈਕਾ ਨਹੀਂ ਇਹਦੇ 'ਚ ਆ ਰਿਹਾ ਕੋਈ ਦੋ ਤਿੰਨ ਕਿਸਮਾਂ ਦੇ ਜ਼ੈਕੇ ਆ ਰਹੇ ਨੇ ਵਿੱਚੋਂ ਤਾਜ਼ੀ ਦਾ ਨਾਂ ਲੱਗਦਾ ਵੈਗਨ ਵੀਲ ਰੱਖਿਆ ਇਹਨਾਂ ਨੇ ਬੰਦਾ ਖਾ ਕੇ ਬੰਦੇ ਦੇ ਵੀਲ ਘੁੰਮਦੇ ਰਹਿਣ ਬਾਜੀ ਬਿਸਕੁਟ ਚੋਕਲੇਟ ਅਤੇ ਕਰੀਮ ਪਾਈ ਹੋਈ ਹੈ ਨੰਬਰ ਜੀ ਇਹਨੂੰ ਦਿੱਤੇ ਨੇ ਇਹ ਵੇਖੋ ਲੋਰੀ ਨੂੰ ਵੈਗਨ ਵੀਲ ਤਾਂ ਅਸੀਂ ਖਾ ਲਿਆ ਜੀ ਸਾਹਿਬ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ 10 'ਚੋਂ 4 ਨੰਬਰ ਕਿਉਂ ਦਿੱਤੇ ਨੇ ਅੱਡਾ ਵੀ ਚੰਗਾ ਨਹੀਂ ਨਾ ਹੈਗਾ ਉਹ ਰੰਗ ਬਿਰੰਗੇ ਟੇਸਟ ਹੈਗੇ ਨੇ ਇੱਕੋ ਜਿਹਾ ਟੇਸਟ ਹੋਵੇ ਤਾਂ ਫਿਰ ਉਹਦਾ ਪਤਾ ਵੀ ਲੱਗਣਾ ਕਿ ਕੀ ਇਹਦਾ ਮਜ਼ਾ ਹੈਗਾ ਦਸ ਬਟਾ ਦਸ ਅੱਛਾ ਜੀ ਇਹਨੂੰ ਨੰਬਰ ਸਰ ਦਿੰਦੀ ਹਾਂ ਸੈਵਨ ਅੱਠ ਨੰਬਰ ਜੀ ਤੇ ਕਸਟਸ ਕਰੀਮ ਇਹ ਵੀ ਬਿਸਕੁਟ ਅੱਛਾ ਬਚਪਨ 'ਚ ਅਸੀਂ ਖਾਂਦੇ ਰਹੇ ਹਾਂ ਇਹੋ ਜਿਹੇ ਬਿਸਕੁਟ ਬਹੁਤ ਮਜ਼ਾ ਆ ਰਿਹਾ ਬਿਸਕੁਟ ਖਾਣ ਦਾ ਇਹਦੇ ਨਾਲ ਹੀ ਲਿਖਦੀ ਹੈ ਟਿਸ਼ੂ ਪੇਪਰ ਦੇ ਨਾਲ ਇਹਨੂੰ ਰੇਜ਼ ਕਰ ਜੀ ਇਹ ਬਿਸਕੁਟ ਜਿਹੜਾ ਨਾ ਕਸਟਰਡ ਕਰੀਮ ਇਹਨੂੰ 6 ਨੰਬਰ ਦੇ ਦਿੱਤੇ ਨੇ ਅਸੀਂ ਬਿਸਕੁਟ ਤਾਂ ਬਹੁਤ ਅੱਛਾ ਹੈ ਇਹ ਕੋਈ ਸ਼ੱਕ ਨਹੀਂ ਲੇਕਿਨ ਇਹ ਲੋਕਲ ਟਾਈਪ ਹੈ ਜਿਸ ਤਰ੍ਹਾਂ ਕੋਈ ਬੱਚੇ ਨਹੀਂ ਖਾਂਦੇ ਇਹਦਾ ਵੀ ਸਰ ਟੇਸਟ ਅੱਛਾ ਹੀ ਹੈ ਸਮਝੋ ਸਾਡਾ ਇਹ ਸਮਝੋ ਪਾਕਿਸਤਾਨ ਦਾ ਹੀ ਹੈਗਾ ਪਾਕਿਸਤਾਨ ਦਾ ਇਹੋ ਜਿਹਾ ਮਿਲ ਜਾਂਦਾ ਇਹਨੂੰ ਆਪਾਂ ਨੰਬਰ ਦਿੰਦੇ ਹਾਂ ਸਰ 3
ਮੇਰੀ ਨੰਬਰ 6 ਹੈ ਜੀ। ਬਰਬਮ ਕ੍ਰੀਮ ਬੜਾ ਸਖਤ ਹੈ। बड़ा अच्छा बिस्कुट बनिया है। सारे नो पांच नंबर दिते जान। लो जी बड़ा मजा है। मेरे से जिम्मे चॉकलेट नहीं केक होंगे या पेस्ट्री वगैरह होंगी ये उस तरह का जैक है क्या। ਅਸੀਂ ਦਿੰਦੇ ਹਾਂ ਜਨਾਬ 4 ਨੰਬਰ। ਅੱਛਾ ਟੇਸਟ ਹੈ ਜੀ ਇਹਦਾ ਵੀ। ਇਹਨੂੰ ਵੀ ਲਜ਼ਾਹਿਰ ਨੰਬਰ ਦੇਣੇ ਪੈਣੇ ਨੇ ਹੁਣ। ਫੋਰ ਜੀ ਬੜਾ ਪਿਆਰਾ ਨਾਂ ਹੈ ਇਹਦਾ ਯਾਰ ਜਾਫਾ ਕੇਕ। ਇਹਨਾਂ ਦਾ ਦੰਦੀ ਮਾਰਨ ਦੀ ਲੋੜ ਹੀ ਭੁਰਦਾ ਪਿਆ। ਜਾਫਾ ਸਾਡੀ ਪੰਜਾਬੀ 'ਚ ਕਹਿੰਦੇ ਜਾ ਦਫਾ ਹੋ। ਖਾ ਕੇ ਦੇਖਦੇ। ਅੱਛਾ ਜੀ ਇਹ ਤਾਂ ਬੜਾ ਛੋਟਾ ਜਿਹਾ ਜਾਫਾ ਕੇਕ ਹੈਗਾ। ਜਾਫਾ ਐਡਾ ਵੱਡਾ ਅਤੇ ਕੇਕ ਬੜਾ ਛੋਟਾ ਬੜਾ ਨਰਮ ਜਿਹਾ ਹੈਗਾ ਜਨਾਬ। ਇਹ ਓਹੋ ਜਾਫਾ ਕੇਕ ਜੀ ਇਹ ਤਾਂ ਨਰਮ ਹੈਗਾ ਜਿਵੇਂ ਕੇਕ ਹੁੰਦਾ ਵਾਕਈ ਸਹੀ। ਉੱਤੇ ਚਾਕਲੇਟ ਲਾਈ ਹੈ। ਜਾਫਾ ਕੇਕ ਬੜਾ ਇਹ ਤਾਂ ਸਰਪ੍ਰਾਈਜ਼ ਵਾਲਾ ਹਿਸਾਬ ਹੈ। ਕਿਸੇ ਨੂੰ ਝਾਕਾ ਦੇਣ ਵਾਲਾ ਵਿੱਚ ਖੱਟਾ ਪਾਤਾ ਉੱਤੇ ਚਾਕਲੇਟ ਰਾਤੀ ਲੋਕ ਸਮਝੇ ਵੀ ਬਿਸਕੁਟ ਹੈਗਾ ਚਾਕਲੇਟ ਅੰਦਰੋਂ ਖੱਟਾ ਟੀਟ ਨਿਕਲ ਆਇਆ ਜਿਵੇਂ ਅੰਬ ਦਾ ਚਾਰ ਪਾਇਆ ਹੁੰਦਾ। ਦੱਸ ਜੀ ਕਿਹੋ ਜਿਹੇ ਕੰਮ ਕਰਦੇ ਹੋ ਤੁਸੀਂ। ਇਹ ਦੱਸੋ 6 ਨੰਬਰ ਹੈਗਾ। ਇਹ ਤਾਂ ਬਰਫੀ ਲੱਗਦੀ ਪਤਾ ਨਹੀਂ ਸਕੋਟਿਸ਼ ਸ਼ਾਰਟ ਬ੍ਰੈਡ। ਅੱਛਾ ਕੇਕ ਰਸ ਟਾਈਪ ਹੈ ਜੀ ਸਕੋਟਿਸ਼ ਸ਼ਾਰਟ ਬ੍ਰੈਡ। ਇਹਨੂੰ ਮੈਂ ਦਿੱਤੇ 3 ਨੰਬਰ ਦੱਸ। ਇਹ ਉਸ ਦਾ ਨਾ ਹੀ ਮਿੱਠਾ ਹੈ ਨਾ ਹੀ ਨਮਕੀਨ ਹੈ ਤਾਂ ਫੀਕਾ ਜਾਏਗਾ ਨਾਰਮਲ ਜਾਏਗਾ। ਫਿਰ ਵੀ ਇਹਨੂੰ ਅਸੀਂ 7 ਦਿੰਦੇ ਹਾਂ ਸਰ। ਸਹੀ ਟੇਸਟ ਇਹਦਾ ਵੀ। ਜੈਮੀ ਰਾਣ ਦਾ ਹਾਲਤ ਖਰਾਬ ਹੋਈ ਹੋਈ ਮੰਡਾ ਦੇ ਵਿੱਚ। ਓਏ ਹੋਏ 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 ਵੇਖੋ ਨਾ ਜੈਮੀ ਹੋਰੀ ਬਹੁਤ ਸਫ਼ਰ ਕਰਕੇ ਆਏ ਨੇ ਅਤੇ ਜੈਮੀ ਨੂੰ ਐਨਜੀ ਸਾਬਤ ਹੀ ਜਾਣਾ ਪਏਗਾ ਇਹਨਾਂ ਨੂੰ। ਦਿਲ ਬਣਿਆ ਦਿਲ ਇਹਦਾ ਨਾਮ ਹੋਣਾ ਚਾਹੀਦਾ। ਡੈਨੀ ਇੰਗਲਿਸ਼ ਦਿਲ ਨੂੰ ਕੀ ਕਹਿੰਦੇ ਨੇ ਹਾਰਟ। ਡੈਨੀ ਹਾਰਟ ਇਹਦਾ ਨਾਮ ਹੋਣਾ ਚਾਹੀਦਾ ਸੀ। ਡੈਨੀ ਹਾਰਟ ਡੈਨੀ ਦਿਲ ਇਹ ਦੇਖੋ ਦਿਲ ਬਣਿਆ ਹੋਇਆ ऐसे भी देख लें आप दिल बना हुआ है। वाह जी वाह वाह जी वाह। वाह जी वाह। लो जी जमीन ਜੋਕਰ ਡੋਜਰ ਡੋਜਰ ਫਿੱਕਾ
हल्का जहा ज मिठा है। बस इन 8 नंबर देना। दो नंबर अपने अपने सारे दे जायके हले तक मेरे मुँह च आ रहे ने, वक्रे वक्रे स्वाद आ रहे ने। अच्छे बिस्कुट कर लेने, मज़ा आया खाने का। अगे तुहाडा मुलाकात दोबारा होगी। तुसी साडे चैनल नूं सबसक्राइब करो, बैल आइकन दबाओ, दोस्तों नूं शेयर करो, तो सानूं इजाजत दिओ। जिहड़े बाकी माल बचे उन्हां नूं मैं जरा बह के खावां सकून ना। अल्लाह हाफिज़।